ਸਮੂਹ ਅੰਮ੍ਰਿਤਸਰ ਨਿਵਾਸੀਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੈਂ ਇਸ ਜਿਹੜਾ ਪੈਟਰੋਲੀਅਮ ਪ੍ਰੋਡਕਟਸ ਦੇ ਡਰਾਈਵਰ ਵੱਲੋਂ ਜਿਹੜੀ ਸਟ੍ਰਾਈਕ ਚੱਲ ਰਹੀ ਹੈ ਉਹਦੇ ਮੁਤਲਕ ਤੁਹਾਨੂੰ ਬਰੀਫ ਕਰਨ ਲੱਗਿਆ ਕਿ ਮੈਂ ਦੇਖ ਰਿਹਾ ਕਿ ਕਾਫੀ ਥਾਵਾਂ ਤੇ ਵੱਖ ਵੱਖ ਪੈਟਰੋਲ ਪੰਪਾਂ ਦੇ ਉੱਤੇ ਕਾਫੀ ਭੀੜ ਜਮ੍ਹਾਂ ਹੋਈ ਹੋਈ ਹੈ ਤੇ ਪੈਨਿਕ ਬਾਇੰਗ ਚੱਲ ਰਹੀ ਹੈ। ਸੋ ਇਸ ਕਰਕੇ ਮੈਂ ਤੁਹਾਨੂੰ ਸਾਰੇ ਅੰਮ੍ਰਿਤਸਰ ਨਿਵਾਸੀਆਂ ਨੂੰ ਆਸ਼ਵਾਸਨ ਦੇਣਾ ਚਾਹੁੰਦਾ ਕਿ ਇੱਕ ਤਾਂ ਤੇਲ ਦੀ ਸਪਲਾਈ ਲਾਈਨ ਬਾਰੇ ਕੋਈ ਵੀ ਕਮੀ ਨਹੀਂ ਹੈ ਤੇ ਸਾਡੇ ਬੇਸਿਕਲੀ ਜਿਹੜੇ ਪੰਜਾਬ ਨੂੰ ਦੇਖੀਏ ਤਾਂ ਤਿੰਨ ਵੱਡੇ ਟਰਮੀਨਲ ਹੈਗੇ ਅਕਰੋਸ ਜਿਹੜੀ ਆਇਲ ਮਾਰਕੀਟਿੰਗ ਕੰਪਨੀਜ਼ ਨੇ, ਚਾਹੇ ਉਹ ਇੰਡੀਅਨ ਆਇਲ ਹੋਵੇ ਜਾਂ BPCL HPCL ਇਹ ਜਿਹੜੀ ਵੱਡੀ ਕੰਪਨੀਆਂ ਨੇ ਜਿਹੜੀ ਸਾਰੀ ਤੇਲ ਦੀ ਸਪਲਾਈ ਨੂੰ ਉਹ ਕਰਦੇ ਨੇ ਸਾਰੇ ਪੈਟਰੋਲ ਪੰਪਸ ਨੂੰ। ਸੋ ਇਹਨਾਂ ਦੇ ਟਰਮੀਨਲ ਜਲੰਧਰ ਦੇ ਵਿੱਚ, ਬਠਿੰਡਾ ਦੇ ਵਿੱਚ ਤੇ ਸੰਗਰੂਰ ਦੇ ਵਿੱਚ ਨੇ। ਮੇਰੀ ਸਾਰੇ DCs ਨਾਲ ਗੱਲਬਾਤ ਚੱਲ ਰਹੀ ਹੈ ਤੇ ਲੇਟੈਸਟ ਜਿਹੜੀ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੀ ਸਪਲਾਈ ਉਹ ਜਲੰਧਰ ਤੋਂ ਆਉਂਦੀ ਹੈ। ਜਲੰਧਰ ਤੋਂ ਇਹ ਸਟ੍ਰਾਈਕ ਕਾਲ ਆਫ ਹੋ ਗਈ ਹੈ ਤੇ ਉੱਥੋਂ ਜਿਹੜੀ ਹੈਗੀ ਹੈ ਸਪਲਾਈ ਲਾਈਨ ਬਿਲਕੁਲ ਹੁਣ ਲੇਟੈਸਟ ਹੀ ਮੇਰੀ ਉੱਥੇ ਡਿਪਟੀ ਕਮਿਸ਼ਨਰ ਨਾਲ ਗੱਲ ਹੋਈ ਹੈ ਤੇ ਰਿਸਟੋਰ ਹੋ ਗਈ ਹੈ। ਤੋ ਕਿਸੇ ਨੂੰ ਵੀ ਪੈਨਿਕ ਦੇ ਵਿੱਚ ਆ ਕੇ ਬਾਇੰਗ ਦੀ ਲੋੜ ਨਹੀਂ ਹੈ। ਇਸ ਤੋਂ ਇਲਾਵਾ ਵੀ ਅਸੀਂ ਜਿਹੜਾ ਸਾਡਾ ਫੂਡ ਸਪਲਾਈ ਮਹਿਕਮਾ ਹੈ ਜਿਹੜਾ ਕਿ ਓਵਰਆਲ ਤੇਲ ਦੀ ਸਪਲਾਈ ਤੇ ਪੈਟਰੋਲ ਪੰਪਸ ਨੂੰ ਸੁਪਰਵਾਈਜ਼ ਕਰਦਾ ਹੈ, ਉਹਨਾਂ ਦੀ ਵੀ ਸਾਰੇ ਥਾਵਾਂ ਤੇ ਡਿਊਟੀ ਲਗਾਈ ਗਈ ਹੈ ਵੀ ਕੋਈ ਵੀ ਬਲੈਕ ਮਾਰਕੀਟਿੰਗ ਜਾਂ ਹੋਲਡਿੰਗ ਕਿਸੇ ਵੀ ਪੈਟਰੋਲ ਪੰਪ ਓਨਰਸ ਵੱਲੋਂ ਨਾ ਕੀਤੀ ਜਾਵੇ। ਸੋ ਉੱਥੇ ਵੀ ਸਾਡਾ ਚੈੱਕ ਕੀਤਾ ਗਿਆ ਤੇ ਕਿਉਂਕਿ ਖਾਸ ਕਰ ਸਪਲਾਈ ਲਾਈਨਸ ਹੀ ਰਿਸਟੋਰ ਹੋ ਗਈਆਂ ਨੇ। ਬਠਿੰਡੇ ਤੋਂ ਵੀ ਮੇਰੀ ਡਿਪਟੀ ਕਮਿਸ਼ਨਰ ਤੋਂ ਮੈਂ ਅਪਡੇਟ ਲਿਆ, ਉੱਥੇ ਵੀ ਸਪਲਾਈ ਲਾਈਨਸ ਰਿਸਟੋਰ ਹੋ ਗਏ ਹੈ। ਜਲੰਧਰ ਵੀ ਸਟ੍ਰਾਈਕ ਖੁੱਲ ਚੁੱਕੀ ਹੈ। ਸੋ ਕੋਈ ਵੀ ਤੁਹਾਨੂੰ ਪੈਨਿਕ ਦੇ ਵਿੱਚ ਆ ਕੇ ਬਾਇੰਗ ਅਤੇ ਹੋਲਡਿੰਗ ਦੇ ਵਿੱਚ ਆਉਣ ਦੀ ਲੋੜ ਨਹੀਂ, ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੇ ਇਹ ਮਸਲਾ ਰਿਜ਼ੋਲਵ ਹੋ ਚੁੱਕਿਆ ਤੇ ਇਸ ਬਾਰੇ ਕੋਈ ਪੈਨਿਕ ਜਾਂ ਅੱਗੇ ਰਿਊਮਰਸ ਨਾ ਫੈਲਾਏ ਜਾਣ। ਧੰਨਵਾਦ ਤੁਹਾਡਾ ਬਹੁਤ ਬਹੁਤ। ਸਮੂਹ ਅੰਮ੍ਰਿਤਸਰ ਨਿਵਾਸੀਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਮੈਂ ਇਸ ਜਿਹੜਾ ਪੈਟਰੋਲੀਅਮ ਪ੍ਰੋਡਕਟਸ ਦੇ ਡਰਾਈਵਰ ਵੱਲੋਂ ਜਿਹੜੀ ਸਟ੍ਰਾਈਕ ਚੱਲ ਰਹੀ ਹੈ ਉਹਦੇ ਮੁਤਲਕ ਤੁਹਾਨੂੰ ਬਰੀਫ ਕਰਨ ਲੱਗਿਆ ਕਿ ਮੈਂ ਦੇਖ ਰਿਹਾ ਕਿ ਕਾਫੀ ਥਾਵਾਂ ਤੇ ਵੱਖ ਵੱਖ ਪੈਟਰੋਲ ਪੰਪਾਂ ਦੇ ਉੱਤੇ ਕਾਫੀ ਭੀੜ ਜਮ੍ਹਾਂ ਹੋਈ ਹੋਈ ਹੈ ਤੇ ਪੈਨਿਕ ਬਾਇੰਗ ਚੱਲ ਰਹੀ ਹੈ। ਸੋ ਇਸ ਕਰਕੇ ਮੈਂ ਤੁਹਾਨੂੰ ਸਾਰੇ ਅੰਮ੍ਰਿਤਸਰ ਨਿਵਾਸੀਆਂ ਨੂੰ ਆਸ਼ਵਾਸਨ ਦੇਣਾ ਚਾਹੁੰਦਾ ਕਿ ਇੱਕ ਤਾਂ ਤੇਲ ਦੀ ਸਪਲਾਈ ਲਾਈਨ ਬਾਰੇ ਕੋਈ ਵੀ ਕਮੀ ਨਹੀਂ ਹੈ ਤੇ ਸਾਡੇ ਬੇਸਿਕਲੀ ਜਿਹੜੇ ਪੰਜਾਬ ਨੂੰ ਦੇਖੀਏ ਤਾਂ ਤਿੰਨ ਵੱਡੇ ਟਰਮੀਨਲ ਹੈਗੇ ਅਕਰੋਸ ਜਿਹੜੀ ਆਇਲ ਮਾਰਕੀਟਿੰਗ ਕੰਪਨੀਜ਼ ਨੇ, ਚਾਹੇ ਉਹ ਇੰਡੀਅਨ ਆਇਲ ਹੋਵੇ ਜਾਂ BPCL HPCL ਇਹ ਜਿਹੜੀ ਵੱਡੀ ਕੰਪਨੀਆਂ ਨੇ ਜਿਹੜੀ ਸਾਰੀ ਤੇਲ ਦੀ ਸਪਲਾਈ ਨੂੰ ਉਹ ਕਰਦੇ ਨੇ ਸਾਰੇ ਪੈਟਰੋਲ ਪੰਪਸ ਨੂੰ। ਸੋ ਇਹਨਾਂ ਦੇ ਟਰਮੀਨਲ ਜਲੰਧਰ ਦੇ ਵਿੱਚ, ਬਠਿੰਡਾ ਦੇ ਵਿੱਚ ਤੇ ਸੰਗਰੂਰ ਦੇ ਵਿੱਚ ਨੇ। ਮੇਰੀ ਸਾਰੇ DCs ਨਾਲ ਗੱਲਬਾਤ ਚੱਲ ਰਹੀ ਹੈ ਤੇ ਲੇਟੈਸਟ ਜਿਹੜੀ ਸਾਡੇ ਅੰਮ੍ਰਿਤਸਰ ਜ਼ਿਲ੍ਹੇ ਦੀ ਸਪਲਾਈ ਉਹ ਜਲੰਧਰ ਤੋਂ ਆਉਂਦੀ ਹੈ। ਜਲੰਧਰ ਤੋਂ ਇਹ ਸਟ੍ਰਾਈਕ ਕਾਲ ਆਫ ਹੋ ਗਈ ਹੈ ਤੇ ਉੱਥੋਂ ਜਿਹੜੀ ਹੈਗੀ ਹੈ ਸਪਲਾਈ ਲਾਈਨ ਬਿਲਕੁਲ ਹੁਣ ਲੇਟੈਸਟ ਹੀ ਮੇਰੀ ਉੱਥੇ ਡਿਪਟੀ ਕਮਿਸ਼ਨਰ ਨਾਲ ਗੱਲ ਹੋਈ ਹੈ ਤੇ ਰਿਸਟੋਰ ਹੋ ਗਈ ਹੈ। ਤੋ ਕਿਸੇ ਨੂੰ ਵੀ ਪੈਨਿਕ ਦੇ ਵਿੱਚ ਆ ਕੇ ਬਾਇੰਗ ਦੀ ਲੋੜ ਨਹੀਂ ਹੈ। ਇਸ ਤੋਂ ਇਲਾਵਾ ਵੀ ਅਸੀਂ ਜਿਹੜਾ ਸਾਡਾ ਫੂਡ ਸਪਲਾਈ ਮਹਿਕਮਾ ਹੈ ਜਿਹੜਾ ਕਿ ਓਵਰਆਲ ਤੇਲ ਦੀ ਸਪਲਾਈ ਤੇ ਪੈਟਰੋਲ ਪੰਪਸ ਨੂੰ ਸੁਪਰਵਾਈਜ਼ ਕਰਦਾ ਹੈ, ਉਹਨਾਂ ਦੀ ਵੀ ਸਾਰੇ ਥਾਵਾਂ ਤੇ ਡਿਊਟੀ ਲਗਾਈ ਗਈ ਹੈ ਵੀ ਕੋਈ ਵੀ ਬਲੈਕ ਮਾਰਕੀਟਿੰਗ ਜਾਂ ਹੋਲਡਿੰਗ ਕਿਸੇ ਵੀ ਪੈਟਰੋਲ ਪੰਪ ਓਨਰਸ ਵੱਲੋਂ ਨਾ ਕੀਤੀ ਜਾਵੇ। ਸੋ ਉੱਥੇ ਵੀ ਸਾਡਾ ਚੈੱਕ ਕੀਤਾ ਗਿਆ ਤੇ ਕਿਉਂਕਿ ਖਾਸ ਕਰ ਸਪਲਾਈ ਲਾਈਨਸ ਹੀ ਰਿਸਟੋਰ ਹੋ ਗਈਆਂ ਨੇ। ਬਠਿੰਡੇ ਤੋਂ ਵੀ ਮੇਰੀ ਡਿਪਟੀ ਕਮਿਸ਼ਨਰ ਤੋਂ ਮੈਂ ਅਪਡੇਟ ਲਿਆ, ਉੱਥੇ ਵੀ ਸਪਲਾਈ ਲਾਈਨਸ ਰਿਸਟੋਰ ਹੋ ਗਏ ਹੈ। ਜਲੰਧਰ ਵੀ ਸਟ੍ਰਾਈਕ ਖੁੱਲ ਚੁੱਕੀ ਹੈ। ਸੋ ਕੋਈ ਵੀ ਤੁਹਾਨੂੰ ਪੈਨਿਕ ਦੇ ਵਿੱਚ ਆ ਕੇ ਬਾਇੰਗ ਅਤੇ ਹੋਲਡਿੰਗ ਦੇ ਵਿੱਚ ਆਉਣ ਦੀ ਲੋੜ ਨਹੀਂ, ਲਾਈਨਾਂ ਦੇ ਵਿੱਚ ਲੱਗਣ ਦੀ ਲੋੜ ਨਹੀਂ ਤੇ ਇਹ ਮਸਲਾ ਰਿਜ਼ੋਲਵ ਹੋ ਚੁੱਕਿਆ ਤੇ ਇਸ ਬਾਰੇ ਕੋਈ ਪੈਨਿਕ ਜਾਂ ਅੱਗੇ ਰਿਊਮਰਸ ਨਾ ਫੈਲਾਏ ਜਾਣ। ਧੰਨਵਾਦ ਤੁਹਾਡਾ ਬਹੁਤ ਬਹੁਤ।